ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਸਾਲ ਕਰਜ਼ਾ ਮੁਆਫੀ ਦੇ ਨਾਲ ਨਾਲ ਪੰਜਾਬ ਦੇ ਸ਼ਹਿਰਾਂ ਅਤੇ ਪਿੰਡਾਂ ਦੇ ਵਿਚ ਵਿਕਾਸ ਕਰਵਾਉਣ ਨੂੰ ਵੀ ਵੱਡੇ ਪੱਧਰ ਦੇ ਉੱਤੇ ਤਰਜੀਹ ਦਿੱਤੀ ਗਈ ਹੈ, ਜਿਸ ਦੀ ਕਿ ਮਿਸਾਲ ਜ਼ਿਲ੍ਹਾ ਫਰੀਦਕੋਟ ਤੋਂ ਮਿਲਦੀ ਹੈ। ਫਰੀਦਕੋਟ ਤੋਂ ਹਲਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਪਿੰਡਾਂ ਦੇ ਪਹਿਲੇ ਸਾਲ ਹੀ ਕਰੀਬ 12 ਤੋਂ 13 ਕਰੋੜ ਦੇ ਵੱਖ ਵੱਖ ਪਿੰਡਾਂ ਦੇ ਵਿਚ ਕਰਵਾਏ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਮੇਂ ਸਾਹਮਣੇ ਆਏ ਜਦੋਂ ਸਾਡੀ ਟੀਮ ਨੇ ਪਿੰਡਾਂ ਦੇ ਹੋਏ ਵਿਕਾਸ ਦੀ ਮੌਕੇ ਦੇ ਉੱਤੇ ਜਾ ਕੇ ਕਵਰੇਜ ਕੀਤੀ ਤਾਂ ਪਿੰਡਾਂ ਦੀਆਂ ਗਲੀਆਂ ਦੇ ਵਿਚ ਲੱਗੀਆਂ ਲੋਕਿੰਗ ਟਾਈਲਾਂ, ਪਾਰਕਾਂ ਦਾ ਵਿਸਥਾਰ, ਪਿੰਡ ਦੇ ਛੱਪੜ ਦੇ ਵਿਚੋਂ ਪਾਣੀ ਦੀ ਨਿਕਾਸੀ ਦੇ ਲਈ ਕੀਤੇ ਯੋਜਨਾ ਪ੍ਰਬੰਧ ਤਰੀਕਿਆਂ ਤੋਂ ਕਾਂਗਰਸ ਦੀ ਕਹਿਣੀ ਤੇ ਕਰਨੀ ਵਾਲੀ ਗੱਲ ਨੇ ਇਤਿਹਾਸ ਦੇ ਵਿਚ ਸਰਕਾਰ ਦੇ ਵੱਲੋਂ ਚੋਣਾਂ ਨੇੜੇ ਵਿਕਾਸ ਕਰਵਾਉਣ ਦੀ ਬਜਾਏ ਪਹਿਲੇ ਸਾਲਾਂ ਦੇ ਵਿਚ ਵਿਕਾਸ ਕਰਵਾਉਣ ਵਾਲੀ ਪਹਿਲੀ ਪਾਰਟੀ ਦੀ ਸਰਕਾਰ ਹੋਣ ਦਾ ਸਬੂਤ ਦਿੱਤਾ। ਜਿਹੜੇ ਫਰੀਦਕੋਟ ਹਲਕੇ ਵਿੱਚ ਅਸੀਂ ਸਰਕਾਰ ਦੇ ਪਹਿਲੇ ਸਾਲ ਵਿੱਚ ਕੰਮ ਵੱਖ ਵੱਖ ਸਕੀਮਾਂ ਅੰਡਰ ਇਨੀਸ਼ੀਏਟ ਕੀਤੇ ਸੀ। ਮੈਕਸੀਮਮ ਕੰਮ ਮਨਰੇਗਾ ਵਿੱਚ ਹੋ ਰਹੇ ਜਾਂ ਸੋਇਲ ਕੰਜ਼ਰਵੇਸ਼ਨ ਡਿਪਾਰਟਮੈਂਟ ਤੋਂ ਕਰਾ ਰਹੇ ਜਾਂ ਹੋਰ ਮਹਿਕਮਿਆਂ ਤੋਂ ਸ਼ੁਰੂ ਕਰਾਏ ਸੀ। ਉਹ ਕੰਮਾਂ ਦਾ ਜਾਇਜ਼ਾ ਲਿਆ ਕਿ ਕੰਮ ਠੀਕ ਹੋ ਰਹੇ ਹੈ, ਕੋਈ ਮੁਸ਼ਕਲ ਤਾਂ ਨਹੀਂ ਆ ਰਹੀ। ਪਿਛਲੇ ਇੱਕ ਸਾਲ ਦੇ ਅੰਦਰ ਫਰੀਦਕੋਟ ਹਲਕੇ ਵਿੱਚ ਕਰੀਬਨ 12-13 ਕਰੋੜ ਰੁਪਏ ਦੇ ਅਸੀਂ ਵੱਖ ਵੱਖ ਜਿਹੜੇ ਪ੍ਰੋਜੈਕਟ ਹੈ ਉਹ ਵੱਖ ਵੱਖ ਪਿੰਡਾਂ ਵਿੱਚ ਕਰਵਾਏ ਹੈ ਤਾਂ ਕਿ ਲੋਕਾਂ ਦੀਆਂ ਜਿਹੜੀਆਂ ਵੱਡੀਆਂ ਮੁਸ਼ਕਲਾਂ ਜਿਹੜੀਆਂ ਹਮੇਸ਼ਾ ਹੀ ਉਹ ਮੰਗਾਂ ਹੀ ਰਹਿ ਜਾਂਦੀਆਂ ਕਿਉਂਕਿ ਸਰਕਾਰਾਂ ਛੋਟੀਆਂ ਗੱਲਾਂ 'ਚ ਗਲੀਆਂ ਨਾਲੀਆਂ 'ਚ ਇੱਧਰ ਉੱਧਰ ਵੜ ਜਾਂਦੀਆਂ। ਇਸ ਕਰਕੇ ਉਹਨਾਂ ਅਸੀਂ ਪ੍ਰੋਜੈਕਟਸ ਨੂੰ ਪਹਿਲਾਂ ਫੜਿਆ ਜਿਨ੍ਹਾਂ ਵਿੱਚ ਸਮੁੱਚੇ ਜ਼ਿਮੀਂਦਾਰਾਂ ਦਾ, ਗਰੀਬ ਭਰਾਵਾਂ ਦਾ, ਪਿੰਡਾਂ ਦਾ ਵਿਕਾਸ ਹੋ ਸਕੇ, ਪਾਣੀ ਦਾ ਨਿਕਾਸ ਹੋ ਸਕੇ। ਸੋ ਮੇਨ ਇਹ ਇਸ਼ੂ ਸੀਗੇ ਅੱਜ। ਅੱਜ ਇਸ ਕਰਕੇ 8-10 ਪਿੰਡਾਂ ਦਾ ਦੌਰਾ ਕੀਤਾ। ਸੋ ਬੜੀ ਖੁਸ਼ੀ ਹੋਈ ਅਤੇ ਮੈਂ ਵਧਾਈ ਦੇਣਾ ਚਾਹੁੰਦਾ ਸਾਰੇ ਸਾਡੇ ਅਫਸਰ ਸਾਹਿਬਾਨਾਂ ਨੂੰ, ਸਾਡੀ ਪਿੰਡਾਂ ਦੀ ਸਾਰੀ ਟੀਮ ਨੂੰ ਕਿ ਬਹੁਤ ਵਧੀਆ ਤਰੀਕੇ ਨਾਲ ਕੰਮ ਚੱਲ ਰਹੇ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੁੰਦਾ, ਦੇਖੋ ਲੋਕਾਂ ਨੇ ਸਾਨੂੰ ਸਮਾਂ ਦਿੱਤਾ, ਅਸੀਂ ਲੋਕਾਂ ਨੂੰ 5 ਸਾਲ ਬਾਅਦ ਹਿਸਾਬ ਦੇਣਾ। ਅਸੀਂ ਮਾੜਾ ਕਰਾਂਗੇ ਤਾਂ ਲੋਕਾਂ ਨੂੰ ਦਿਖੂਗਾ, ਅਸੀਂ ਚੰਗਾ ਕਰਾਂਗੇ ਤਾਂ ਲੋਕਾਂ ਨੂੰ ਦਿਖੂਗਾ। ਪਰ ਮੈਂ ਉਹਨਾਂ ਸੱਜਣਾਂ ਨੂੰ ਕਹਿਣਾ ਚਾਹੁੰਦਾ ਜਿਹੜੇ ਪਿਛਲੇ ਸਮੇਂ ਸਰਕਾਰ 'ਚ ਰਹੇ ਹੈ ਕਿ ਜਦੋਂ ਮੌਕਾ ਸਾਡੇ ਕੋਲ ਹੈ ਸਾਨੂੰ ਕਰਨ ਦੇਣ, ਐਵੇਂ ਕੰਮਾਂ 'ਚ ਰੋੜੇ ਨਾ ਡਾਉਣ, ਕਿਉਂਕਿ ਉਹਨਾਂ ਨਾਲ ਅੱਜ ਕੱਲ੍ਹ ਲੋਕ ਬੜੇ ਸਿਆਣੇ ਆ, ਸਭ ਨੂੰ ਦਿਖ ਰਹੇ ਆ। ਐਵੇਂ ਇੱਧਰ ਸ਼ਰਾਰਤਾਂ ਨਾਲ ਕੰਪਲੇਂਟਾਂ ਪਾਉਂਦੇ ਆ, ਕੋਈ ਕਿਸੇ ਪਿੰਡ ਦੀ ਕੰਪਲੇਂਟ ਕਰਾਉਂਦੇ ਆ ਤਾਂ ਕਿ ਕੰਮਾਂ 'ਚ ਡਿੱਕਾ ਪਵੇ। ਅਤੇ ਇਸ ਕਰਕੇ ਸਰਕਾਰ ਦੀ ਮੰਸ਼ਾ ਦੱਬ ਕੇ ਲੋਕਾਂ ਦਾ ਵਿਕਾਸ ਕਰਨਾ ਅਤੇ ਅਸੀਂ ਡਿੱਕੇ ਡੁੱਕੇ ਕੋਈ ਰਹਿਣ ਨਹੀਂ ਦੇਣੇ। ਪਰ ਮੈਂ ਉਹਨਾਂ ਨੂੰ ਇਹ ਸਲਾਹ ਦੇਣਾ ਚਾਹੁੰਦਾ ਕਿ ਹੈਲਦੀ ਸਪੋਰਟਸਮੈਨ ਵਾਂਗੂ ਉਹਨਾਂ ਨੂੰ ਬਿਹੇਵ ਕਰਨਾ ਚਾਹੀਦਾ, ਸਪੋਰਟਸਮੈਨ ਸਪਿਰਿਟ ਰੱਖਣੀ ਚਾਹੀਦੀ ਹੈ। ਜਦੋਂ ਉਹਨਾਂ ਕੋਲ ਮੌਕਾ ਸੀ ਅਸੀਂ ਕੀਤੀ, ਕਿੰਤੂ ਪਰੰਤੂ ਨਹੀਂ ਕੀਤੀ। ਜੋ ਉਹਨਾਂ ਨੇ ਕੀਤਾ ਲੋਕਾਂ ਦੇ ਸਾਹਮਣੇ ਹੈ, ਜੋ ਅਸੀਂ ਕਰਾਂਗੇ ਲੋਕਾਂ ਦੇ ਸਾਹਮਣੇ ਹੈ। ਸੋ ਇਸ ਕਰਕੇ ਇਹ ਘਬਰਾਹਟ 'ਚ ਨਾ ਆਉਣ, ਬੁਖਲਾਹਟ 'ਚ ਨਾ ਆਉਣ ਅਤੇ ਬੁਖਲਾਹਟ 'ਚ ਆ ਕੇ ਛੋਟੀਆਂ ਅਤੇ ਨੀਚੀਆਂ ਹਰਕਤਾਂ ਨਾ ਕਰਨ, ਇਹ ਮੇਰੀ ਉਹਨਾਂ ਨੂੰ ਸਲਾਹ। ਫਰੀਦਕੋਟ ਤੋਂ ਸੂਰਜ ਪ੍ਰਕਾਸ਼ ਦੀ ਰਿਪੋਰਟ।